हाँ जी दोस्तों, सत श्रीकाल जी। मैं तो अपना अनमोल संधु, तो असी अज शहर कोटपुरे हरिनो फाटक ते पहुँचे हैं जी। तो तुसी देखा होगा कि पिछले पुराने समय दे विच थोड़ा समा पहला एक गीत सुनने आया सी कि बंद पिया दरवाजा जो फाटक कोटकपुरे का। जी हाँ दोस्तों, असी ठीक उही फाटकां ते पहुँचे हैं जी, जिहड़े फाटकां ते गीत बनिया सी। ਤਾਂ ਇਹ ਉਹ ਹਰੀਨ ਰੋਡ 'ਤੇ ਫਾਟਕ ਸਥਿਤ ਨੇ ਜਿਨ੍ਹਾਂ 'ਤੇ ਗੀਤ ਬਣਿਆ ਸੀ ਕਿ ਉਹ ਬੰਦ ਪਿਆ ਦਰਵਾਜ਼ਾ। ਹਾਂਜੀ ਇਹੀ ਹੈ ਜੀ, ਇਹੀ ਗੀਤ ਹੈ ਜੀ, ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟਕਪੁਰੇ ਦਾ। ਤਾਂ ਇਹ ਅੱਜ ਵੀ ਉਵੇਂ ਹੀ ਬੰਦ ਪਿਆ ਫਾਟਕ ਹੈ, ਇਹ ਫਾਟਕ ਅੱਜ ਵੀ ਉੱਦਾਂ ਹੀ ਬੰਦ ਪਿਆ। ਅਤੇ ਆਵੇ ਬਾਈ ਜੀ ਦੱਸਦੇ ਨੇ, ਕਹਿੰਦੇ ਇਹਨੂੰ 14 ਸਾਲ ਹੋ ਚੱਲੇ ਆ ਜੀ। ਅਤੇ ਜਦੋਂ ਫਾਟਕ ਬੰਦ ਹੋ ਜਾਂਦਾ ਅਤੇ ਉਦੋਂ ਰਸ਼ ਜਿਹੜਾ ਇੱਥੇ ਪੈ ਜਾਂਦਾ। ਇੱਥੇ ਕੁਛ ਨਹੀਂ ਹਜੇ ਬਣਿਆ, ਕੋਈ ਪੁੱਲ ਨਹੀਂ ਬਣਿਆ, ਦੂਜਾ ਤਾਂ ਬਣ ਚੁੱਕਿਆ ਆ। ਅਤੇ ਇਹ ਗੀਤ ਜਿਹੜਾ ਆਇਆ ਸੀ ਤੁਸੀਂ ਸੁਣਿਆ ਹੋਊਗਾ ਬਹੁਤਿਆਂ ਨੇ। ਤਾਂ ਇਹ ਵੇਖੋ ਤੁਸੀਂ, ਜਦੋਂ ਫਾਟਕ ਲੱਗ ਜਾਂਦਾ ਚਾਰ ਸਵੇਰੇ ਜਿਹੜਾ ਭੀੜ ਭੜੱਕਾ ਪੂਰਾ ਹੋ ਜਾਂਦਾ। ਕੁਛ ਕੁ ਲੋਕ ਥੱਲੋਂ ਦੀ ਵੀ ਲੰਘਦੇ ਨੇ, ਫਿਰ ਥੱਲੋਂ ਦੀ ਲੰਘਦੇ ਨੇ, ਜਿਹੜਾ ਦੁਰਘਟਨਾ ਦਾ ਕਾਰਨ ਬਣ ਸਕਦਾ। ਤਾਂ ਸਰਕਾਰ ਨੂੰ ਚਾਹੀਦਾ ਕਿ ਇਹ ਚੀਜ਼ 'ਤੇ ਵੀ ਧਿਆਨ ਦੇਣਾ, ਕਿਉਂਕਿ ਦੁਰਘਟਨਾ ਦਾ ਕਾਰਨ ਬਣ ਸਕਦਾ। ਸਰਕਾਰ ਅਵੇਅਰ ਕਰਦੀ ਹੈ, ਸਰਕਾਰ ਕਹਿੰਦੀ ਹੈ ਕਿ ਨਾ ਲਾਈਨ ਦੇ ਥੱਲੋਂ ਦੀ ਟੱਪੋ, ਪਰ ਲੋਕ ਵੀ ਨਹੀਂ ਹਟਦੇ। ਇਹਦੇ ਵਿੱਚ ਸਰਕਾਰ ਵੀ ਕਸੂਰਵਾਰ ਨਹੀਂ। ਜੇ ਫਾਟਕ ਬੰਦ ਹੈ ਤਾਂ ਇਹਦਾ ਮਤਲਬ ਬੰਦ ਹੈ, ਤੁਸੀਂ ਥੱਲੋਂ ਦੀ ਨਾ ਲੰਘੋ, ਹੈ ਨਾ ਜੀ। ਹਾਂਜੀ ਬਾਈ ਜੀ ਆਵੇ ਦੱਸ ਰਹੇ ਨੇ, ਹਾਂ ਸਹੀ ਗੱਲ ਹੈ ਤੁਹਾਡੀ। ਆਵੇ ਫਾਟਕ ਚੱਕਿਆ ਗਿਆ ਜੀ, ਫਾਟਕ ਹੁਣ ਚੱਕਿਆ ਗਿਆ ਅਤੇ ਦੇਖੋ ਕਿਵੇਂ ਕਿਵੇਂ ਉੱਧਰੋਂ ਦੂਜੇ ਪਾਸੋਂ ਵੀ ਕਾਫੀ ਤੇਜ਼ ਰਫ਼ਤਾਰ 'ਚ ਵਹੀਕਲ ਆਉਣਗੇ ਅਤੇ ਇੱਧਰੋਂ ਵੀ ਕਾਫੀ ਤੇਜ਼ ਰਫ਼ਤਾਰ 'ਚ, ਦੇਖੋ ਕਿੱਦਾਂ। ਤਾਂ ਇਹ ਇੱਕ ਦੁਰਘਟਨਾ ਦਾ ਕਾਰਨ ਸਿੱਧ ਹੋ ਜਾਂਦਾ। ਇੱਥੇ ਬਹੁਤ ਸਾਰੀ ਸੜਕ ਵੀ ਥੋੜ੍ਹੀ ਜਿਹੀ ਪੱਟੀ ਟੋਏ ਟਿੱਬੇ ਕਰਕੇ ਇੱਕ ਦੂਜੇ 'ਚ ਲੋਕ ਵੱਜਦੇ ਨੇ, ਅਤੇ ਬਹੁਤ ਸਾਰੀਆਂ ਮੁਸ਼ਕਲਾਂ, ਇੱਥੇ ਲੜਾਈ ਲੱਪਾ ਵੀ ਬਹੁਤ ਚੱਲਦਾ ਹੀ ਰਹਿੰਦਾ ਜੀ ਹਮੇਸ਼ਾ। ਜੀ ਹਾਂ ਦੋਸਤੋ, ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਦੇ ਲਈ। ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦੇਣਾ ਜੀ। ਜਿਹਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਦੇਣਾ, ਤਾਂ ਜੋ ਤੁਹਾਡੇ ਕੋਲ ਇਸ ਤੋਂ ਬਾਅਦ ਵੀ ਨਵੀਆਂ ਨਵੀਆਂ ਵੀਡੀਓ, ਨਵੇਂ ਨਵੇਂ ਟੌਪਿਕ 'ਤੇ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਨੇ ਜੀ। ਧੰਨਵਾਦ।